बार बार देखो मैं किसी का ठेका नहीं लिया, मैं गल मैं थोड़ा फिर कहना थोनू आप जागना पू पुत थोड़े मरी जाते हैं, थोड़े पुत मर देना कि दुखी हाँ तू दस मैनू खुद न मैं तेरा उदे भी कह गया सी आ भैन आर गई तीन सी कि दुखी हैं नशे माड़े बंदयां दी कोई जात नहीं हुंदी, इन्हां दा कोई धर्म नहीं हुंदा, फिर बेचदे कौन तकड़े आ अपने नूं की बदनाम करी जांदे आ, सौ सौ पंजाह पंजाह पिसे मैं अज उह मुंडिआं नूं ठोक ठोक के कहिंदा उद्दे जिद्दे आया थोड़े पिंड कमेटी गए घर घर गए ना जिहड़े बेचदे आ करी आ ना बेइज्जती कुट के भी गए आ फिर उन्हां नूं जिहड़े जिहड़े तुसीं कहिंदे सी आ तां साडीआं लत्तां तोड़ देणगे आए आ ना माफ़ियां मंगण सारे फिर तुसी हुण भी नहीं कुछ कर सकते भाई मैं असि साडे हाथ खड़े आ सोथों माफी मांग रही होगी भाई हाँ। जी साडियां तां आथलू ना मैं तां करदी की आ तू गल सुनो एक जनानी नहीं लोट आउंदी फड़के सट लो तुसी सब तां आथलू गड़गड़ा आए किवें कर एक जनानी नहीं लोट आउंदी फड़के सट लो असि खड़े आ प्रशासन नूं असि कल मैं कहा वे हणी बैठा खुल दा के उहदा नाम लिखा के आया सचो कोले बैठ के मैं कहा जी हरनाम साहिब वाले पिंड क्यों नहीं तुसी गौर करे कहिंदा रघु जिद्दे फड़िया गया कसम खा के कहिंदे आ परचा सब तों पहिलां होऊगा कोले एमएलए दा दूजा अपना पीए सी उह कोले उहने वी इह गल कही आ ਆਪਾਂ ਕਸਮ ਖਾ ਕੇ ਕਹਿੰਦੇ ਹਾਂ ਉਹ ਕਹਿੰਦਾ ਯਾਰ ਕੋਈ ਮਰਜ਼ੀ ਹੋਵੇ ਰਘੂ ਜਿਹੜਾ ਮਰਜ਼ੀ ਹੋਵੇ ਮੈਂ ਤੇ ਬਹਾਦਰ ਸੀ ਕੋਲੇ ਬਹਿ ਕੇ ਸਪੈਸ਼ਲ ਤੁਹਾਡੇ ਪਿੰਡ ਬਾਰੇ ਕਿਹਾ ਸੀ ਆਖਿਆ ਜੀ ਤੁਹਾਡੀ ਪਾਰਟੀ ਬਦਨਾਮ ਹੋਈ ਜਾਂਦੀ ਆ ਪਾਰਟੀ ਬਦਨਾਮ ਹੋਈ ਜਾਂਦੀ ਆ ਵੀ ਤੁਹਾਡੇ ਪਿੰਡ ਦੀ ਕੋਈ ਮੈਂਬਰ ਨਹੀਂ ਆ ਉਹ ਸ਼ਰੇਆਮਤ ਵਿਹੀ 'ਚ ਘੇਰ ਘੇਰ ਕੇ ਉਹ ਕਰਦੀ ਆ ਲੋਕਾਂ ਨੂੰ ਧਮਕੀਆਂ ਦਿੰਦੀ ਆ ਸਪੈਸ਼ਲ ਕਹਿ ਕੇ ਆਏ ਹਾਂ ਉਹ ਕਹਿੰਦੇ ਜਿੱਦੇ ਫੜੀ ਗਈ ਯਾਰ ਇੱਕ ਠੋਕ ਕੇ ਪਰਚਾ ਦਊਂਗਾ ਹੁਣ ਫੜਨੀ ਕਿਹਨੇ ਆ ਹੁਣ ਇੱਥੇ ਰੋਣ ਨਾਲ ਜਾਂ ਪਿੱਟਣ ਨਾਲ ਕੁਛ ਨਹੀਂ ਹੋਣਾ ਫੜਨੀ ਕਿਹਨੇ ਆ ਤੁਸੀਂ ਵੀ ਉੱਠੋ ਪੁੱਤ ਤਾਂ ਤੁਹਾਡੇ ਕਣਕਾਂ ਵੇਚੀ ਜਾਂਦੇ ਆਟਾ ਵੇਚੀ ਜਾਂਦੇ ਆ ਹੁਣ ਇੱਕ ਬੁੜੀ ਉੱਥੇ ਮੈਨੂੰ ਵਿਚਾਰੀ ਮਿਲੀ ਮਾਤਾ ਉਹ ਕਹਿੰਦੀ ਮੇਰਾ ਪੁੱਤ ਅਜੇ ਤੱਕ ਆਟਾ ਇਹ ਨਹੀਂ ਕਰੇ ਉਹ ਆਟਾ ਪੀਣ ਚੱਕਣ ਗਈ ਤਾਂ ਉਹ ਤਾਂ ਕਹਿੰਦੇ ਤੇਰਾ ਮੁੰਡਾ ਵੇਚ ਕੇ ਤੁਰ ਗਿਆ ਯਾਰ ਤੁਸੀਂ ਕੀ ਮੈਂ ਮੁੰਡੇ ਆ ਆ ਤਿੰਨ ਚਾਰ ਭਾਈ ਰਹਿ ਗਏ ਦੋਨੇ ਭਾਈ ਇਹ ਆ ਗੁਰਸਿੱਖ ਆ ਗਏ ਇਹਨਾਂ ਨੇ ਕੀ ਕਰਨਾ ਗਾ ਦੱਸੋ ਇਹ ਮੌਤ ਖਰੀਦੀ ਜਾਂਦੇ ਆ ਹੁਣ ਮੈਂ ਅੱਧੀ ਰਾਤ ਨੂੰ ਮੈਨੂੰ ਰਿੰਗ ਸਾਰੀ ਮੁੰਡੇ ਮੇਰੀ ਗੱਲ ਸੁਣ ਮੈਂ ਬਜ਼ੁਰਗਾਂ ਨੂੰ ਮੈਨੂੰ ਸ਼ਰਮ ਵਾਲੀ ਗੱਲ ਕਹਿਣੀ ਪੈਣੀ ਆ ਤੁਸੀਂ ਉਮਰਾਂ ਹੰਢਾਈ ਬੈਠੇ ਆ ਹੱਲਾ ਸ਼ੇਰੀ ਤਾਂ ਦੇ ਸਕਦੇ ਆ ਨਾਲ ਬਹਿ ਕੇ ਦੋ ਘੰਟੇ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਕੋਲੇ ਪਹਿਰੇ ਤੇ ਬੈਠੋ ਇੰਨੇ ਨਾਲ ਦੋ ਘੰਟੇ ਲੰਘ ਜਾਂਦੇ ਆ ਵੀ ਕੋਈ ਨਹੀਂ ਪੁੱਤ ਅਸੀਂ ਤੁਹਾਡੇ ਨਾਲ ਆ ਇਹ ਚੀਜ਼ਾਂ ਜਾਗਣੀਆਂ ਪੈਂਦੀਆਂ ਅਸੀਂ ਜੇ ਤੁਸੀਂ ਇਹ ਕਹੋ ਵੀ ਅਸੀਂ ਠੇਕਾ ਲੈ ਲਿਆ ਵੀ ਅਸੀਂ ਤੁਹਾਡੇ ਪਿੰਡ 'ਚੋਂ ਕੁਛ ਕਰਦੇ ਅਸੀਂ ਨਹੀਂ ਕਰ ਸਕਦੇ ਅਸੀਂ ਪਿੰਡ ਪਿੰਡ ਜਾ ਕੇ ਕਿੱਥੇ ਕਿੱਥੇ ਵੈਰ ਪਾਵਾਂਗੇ ਅਸੀਂ ਵੈਰ ਕਿੱਥੇ ਫਿਰ ਮੈਂ ਤੁਹਾਨੂੰ ਇਹ ਵੀ ਕਹੀ ਆ ਵੀ ਜੇ ਪ੍ਰਸ਼ਾਸਨ ਨਹੀਂ ਸੁਣਦਾ ਜੇ ਤੁਹਾਡੇ ਨਾਲ ਕੋਈ ਹੋਰ ਕੋਈ ਗੁੰਡਾ ਧਮਕੀ ਦਿੰਦਾ ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ ਅੱਧੀ ਰਾਤ ਨੂੰ ਰਿੰਗ ਮਾਰ ਲਓ ਮੈਂ ਤੇ ਬਹਾਦਰ ਦਾ ਸਾਡੀ ਸਾਰੀ ਸਾਰੀ ਰਾਤ ਫੋਨ ਆਈ ਜਾਂਦੇ ਆ ਤੁਸੀਂ ਆਪਣੇ ਪਿੰਡ ਨੂੰ ਮੈਂ ਸਾਰੇ ਮੁੰਡਿਆਂ ਨੂੰ ਇਹ ਗੱਲ ਕਹਿਣਾ ਵੀ ਸ਼ਰਮ ਵਾਲੀ ਗੱਲ ਆ ਅੱਜ ਮੈਨੂੰ ਇਸ ਗੱਲ ਕਿਸੇ ਕਹਿਣਾ ਪੈ ਰਿਹਾ ਵੀ ਇਹ ਦੂਜਾ ਦੌਲਾ ਬਣਿਆ ਪਿਆ ਹਰਨਾਮ ਸਿੰਘ ਵਾਲਾ ਬਾਈ ਤੁਹਾਡੇ ਕਿਸੇ ਨੇ ਸਰਪੰਚ ਨੇ ਦੱਸਿਆ ਸਾਡੇ ਬਾਪੂ ਨੇ ਕਹਿੰਦਾ ਦਸ ਘਰ ਪੱਟੇ ਗਏ ਚਿੱਟੇ 'ਚ ਕਿਹੜੇ ਹਿਸਾਬ ਨਾਲ ਪੱਟੇ ਗਏ ਦਸ ਘਰ ਦਸ ਮੁੰਡੇ ਦੇ ਘਰ ਵਾਲੀਆਂ ਛੱਡ ਕੇ ਤੁਰ ਗਈਆਂ ਇੱਥੋਂ ਤੇ ਦਸ ਪੁੱਤ ਚਿੱਟੇ ਦੀ ਭੇਟ ਚੜ ਗਏ ਦਸ ਮੁੰਡੇ ਮਰ ਗਏ ਜਿਹੜੇ ਕਈ ਬਾਹਰਲੇ ਪਿੰਡਾਂ ਦੇ ਵੀ ਮਰਿਆ ਦਸ ਪਿੰਡ ਇੱਥੋਂ ਦੇ ਵੀ ਮਰ ਗਏ